ਸੀਨੀਅਰ ਅਕਾਲੀ ਨੇਤਾ ਅਤੇ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਆਪਣੇ ਹਲਕੇ ਚ ਪੈਂਦੇ ਪਿੰਡਾਂ ਦੇ ਨਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਪੱਖਪਾਤ ਦਾ ਆਰੋਪ ਲਗਾ ਕੇ ਪਾਰਟੀ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਲੁਧਿਆਣਾ ਰਾਹੋ ਰੋਡ ਤੇ ਭੁੱਖ ਹੜਤਾਲ ਤੇ ਬੈਠ ਗਏ। ਸ਼ਰਨਜੀਤ ਸਿੰਘ ਢਿੱਲੋਂ, ਉਨ੍ਹਾਂ ਦੇ ਬੇਟੇ ਅਤੇ ਅਕਾਲੀ ਨੇਤਾ ਸਿਮਰਨਜੀਤ ਸਿੰਘ ਢਿੱਲੋਂ ਨੇ ਆਰੋਪ ਲਗਾਇਆ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਰੋਕ ਦਿੱਤਾ ਹੈ। ਇਲਾਕੇ ਦੇ ਵਿਕਾਸ ਲਈ ਅਕਾਲੀ ਸਰਕਾਰ ਵੱਲੋਂ ਦਿੱਤੇ ਗਏ ਫੰਡਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਦਾ ਆਰੋਪ ਹੈ ਕਿ ਪਿੰਡ ਮੇਹਰਬਾਨ, ਬਾਜੜਾ ਅਤੇ ਜਗੀਰਪੁਰ ਦੀ 14 ਪੰਚਾਇਤਾਂ ਦੇ ਸੀਵਰੇਜ ਵਿਚ ਨਗਰ ਨਿਗਮ ਵੱਲੋਂ ਡਾਇੰਗ ਦਾ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ। ਸਾਡਾ ਭੁੱਖ ਹੜਤਾਲ ਦੇ ਸਾਨੂੰ ਕੋਈ ਬੈਠਣ ਦਾ ਚਾਅ ਨਹੀਂ ਆਉਂਦਾ। ਅਸੀਂ ਦੁਖੀ ਹੋ ਕੇ ਅੱਜ ਭੁੱਖ ਹੜਤਾਲ 'ਤੇ ਬੈਠੇ ਹਾਂ। ਮੈਂ ਆਪਣੇ ਰਾਹੋਂ ਰੋਡ ਦੇ ਉੱਤੇ 14 ਪਿੰਡਾਂ ਦੇ ਵਿੱਚ ਸੀਵਰੇਜ ਪਾਇਆ ਸੀ। ਸਰਕਾਰ ਦੀਆਂ ਸਾਰੀਆਂ ਮਨਜ਼ੂਰੀਆਂ ਲੈ ਕੇ ਸੀਵਰੇਜ ਪਾਇਆ, 23 ਕਰੋੜ ਰੁਪਇਆ ਲੱਗਿਆ। ਲੇਕਿਨ ਦੁੱਖ ਦੀ ਗੱਲ ਹੈ, ਇਹਨਾਂ ਨੇ ਸੀਵਰੇਜ ਪੈਣ ਤੋਂ ਬਾਅਦ ਉਹਨਾਂ ਗਲੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ, ਇੰਟਰਲੋਕ ਟਾਇਲ ਤਾਂ ਕੀ ਲਾਉਣੀ ਸੀ। ਸਾਡੇ ਸੀਵ ਨੂੰ ਚੱਲਣ ਨਹੀਂ ਦੇ ਰਹੇ, ਸਾਡੇ ਸੀਵ ਨੂੰ ਚੱਲਣ ਨਹੀਂ ਦੇ ਰਹੇ। ਡੈਂਗਾਂ ਦਾ ਪਾਣੀ ਉਹ ਸੀਵਰੇਜ ਪੈ ਰਿਹਾ, ਜਦਕਿ ਗੈਰ ਕਾਨੂੰਨੀ ਆ। ਜਿਹੜਾ ਡੈਂਗਾਂ ਨੇ ਸਿਸਟਮ ਆਪਣੇ ਅੰਦਰ ਲਾਉਣਾ ਹੁੰਦਾ ਉਹ ਪਾਣੀ ਨੂੰ ਖਪਤ ਕਰਨ ਵਾਸਤੇ, ਉਹ ਲਾਇਆ ਨਹੀਂ ਉਹਨਾਂ ਨੇ। ਅੱਜ ਸਰਕਾਰ ਦੀ ਮਿਲੀ ਭੁਗਤ ਨਾਲ, ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਲੋਕਾਂ ਨੂੰ ਦੁਖੀ ਕੀਤਾ ਜਾ ਰਿਹਾ ਅਤੇ ਪਾਣੀ ਲੋਕਾਂ ਦੇ ਘਰਾਂ 'ਚ ਬੈਕ ਮਾਰ ਰਿਹਾ, ਮੁਸ਼ਕ ਮਾਰ ਰਿਹਾ। ਅਸੀਂ ਦਫ਼ਤਰਾਂ ਜਾ ਤੱਕ ਵੀ ਧੱਕੇ ਖਾ ਲਏ, ਵਿਧਾਨ ਸਭਾ 'ਚ ਵੀ ਬੋਲ ਕੇ ਦੇਖ ਲਿਆ, ਕੋਈ ਹੱਲ ਨਹੀਂ। ਅਖੀਰ ਨੂੰ ਅੱਜ ਅਸੀਂ ਭੁੱਖ ਹੜਤਾਲ 'ਤੇ ਬੈਠੇ ਹਾਂ ਅਤੇ ਅਸੀਂ ਸਾਡਾ 19 ਦੇਰ ਭੁੱਖ ਹੜਤਾਲ ਜਾਰੀ ਰਹੂਗੀ, ਜਿੰਨੀ ਦੇਰ ਇਹ ਸਾਨੂੰ ਸਰਕਾਰ ਆ ਕੇ ਤਸੱਲੀ ਨਹੀਂ ਦਿੰਦੀ ਕਿ ਇਹ ਡਾਂਗਾਂ ਦਾ ਪਾਣੀ ਬਿਲਕੁਲ ਨਹੀਂ ਇੱਥੇ ਪਊਗਾ, ਇਹ ਤੋੜਿਆ ਜਾਊਗਾ। ਇਹ ਜਿਹੜੇ ਰੋਸ ਪ੍ਰਦਰਸ਼ਨ ਨੇ, ਇਹ ਜਦੋਂ ਦੀ ਸਰਕਾਰ ਆਈ ਉਦੋਂ ਤੋਂ ਹੀ ਅਸੀਂ ਕਰ ਰਹੇ ਹਾਂ। ਦੇਖੋ, ਸਾਡੀ ਸਭ ਤੋਂ ਪਹਿਲਾਂ ਤਾਂ ਅਸੀਂ ਰੋਸ ਪ੍ਰਦਰਸ਼ਨ ਕੀਤਾ ਸੀ ਸਾਡੀ ਰਾਹੋਂ ਰੋਡ ਦਾ। ਰਾਹੋਂ ਰੋਡ ਜਿਹੜੀ ਕਿ ਸਾਡੀ ਸਰਕਾਰ ਵੇਲੇ ਮਨਜ਼ੂਰ ਹੋ ਚੁੱਕੀ ਸੀ, ਕਿਉਂਕਿ ਅਸੀਂ ਮੱਤੇਵਾੜਾ ਜੋ ਪੁਲ ਬਣਾਇਆ ਸੀ ਸਰਕਾਰ ਨੂੰ, ਅਕਾਲੀ ਦਲ ਭਾਜਪਾ ਸਰਕਾਰ ਨੂੰ ਪਤਾ ਸੀ ਵੀ ਇਸ ਰੋਡ ਦੇ ਉੱਤੇ ਟ੍ਰੈਫਿਕ ਵਧਣਾ, ਉਹਦੇ ਕਰਕੇ ਰੋਡ ਚੌੜੀ ਕਰਨ ਦਾ ਵੀ ਟੈਂਡਰ ਹੋ ਗਿਆ ਸੀ, ਜੋ ਕੰਮ ਸ਼ੁਰੂ ਵੀ ਹੋਣ ਲੱਗਿਆ ਸੀ। ਪਰ ਜਦੋਂ ਇਹ ਬਦਕਿਸਮਤੀ ਦੇ ਨਾਲ ਸਰਕਾਰ ਚੇਂਜ ਹੋਈ, ਸਾਡਾ ਨਾਲੇ ਤਾਂ ਟੈਂਡਰ ਕੈਂਸਲ ਕਰਤੇ, ਨਾਲੇ ਸਾਡੇ ਪੈਸੇ ਵਾਪਸ ਚਲੇ ਗਏ। ਅੱਜ ਲੋਕਾਂ ਦੀ ਬੁਰੀ ਹਾਲਤ ਇੱਥੋਂ ਲੰਘਿਆ ਨਹੀਂ ਜਾਂਦਾ। ਹੁਣ ਜਿਹੜਾ ਮੱਤੇਵਾੜਾ ਪੁਲ ਬਣ ਕਰਕੇ ਟ੍ਰੈਫਿਕ ਇੱਥੋਂ ਵੱਧ ਗਿਆ, ਲੋਕਾਂ ਦੀ ਬੁਰੀ ਹਾਲਤ ਆ। ਅੱਜ ਜਿਹੜਾ ਅਸੀਂ ਧਰਨਾ ਲਾਇਆ, ਸਾਡਾ ਜੋ ਸੀਵਰੇਜ ਆ, ਜੋ ਅਸੀਂ 22 ਕਰੋੜ ਦਾ ਪਾਇਆ ਸੀ 14 ਪਿੰਡਾਂ ਦੇ ਪੰਚਾਇਤਾਂ ਦੇ ਵਿੱਚ, ਉਹ ਸੀਵਰੇਜ ਤਾਂ ਜੁੜ ਨਹੀਂ ਦਿੱਤਾ ਜਾ ਰਿਹਾ ਅਤੇ ਡਾਇੰਗ ਯੂਨਿਟਾਂ ਦਾ ਸੀਵਰੇਜ, ਜਿਹੜਾ ਡੋਮੈਸਟਿਕ ਸੀਵਰੇਜ ਦੇ ਵਿੱਚ ਇੰਡਸਟਰੀਅਲ ਵੇਸਟ ਪਾਇਆ ਜਾ ਰਿਹਾ, ਜਿਹਦੇ ਕਰਕੇ ਲੋਕਾਂ ਦੀ ਬੁਰੀ ਹਾਲਤ ਆ। ਪਾਣੀ ਜਿਹੜਾ ਗੰਦਾ ਉਹਨਾਂ ਦੇ ਘਰਾਂ 'ਚ ਜਾ ਰਿਹਾ। ਅੱਜ ਮਜਬੂਰ ਹੋ ਕੇ ਅਸੀਂ ਇੱਥੇ ਅੱਜ ਧਰਨੇ 'ਤੇ ਬੈਠੇ ਹਾਂ, ਭੁੱਖ ਹੜਤਾਲ 'ਤੇ ਬੈਠੇ ਹਾਂ, ਅਤੇ ਅਸੀਂ ਦਫ਼ਤਰਾਂ ਦੇ ਗੇੜੇ ਮਾਰ ਮਾਰ ਹੰਭ ਗਏ। ਕਦੇ ਕਾਰਪੋਰੇਸ਼ਨ ਜਾਂਦੇ ਹਾਂ, ਕਦੇ ਡੀ ਸੀ ਸਾਹਿਬ ਕੋਲ ਜਾਂਦੇ ਹਾਂ, ਕਦੇ ਸੈਨੀਟੇਸ਼ਨ ਡਿਪਾਰਟਮੈਂਟ ਕੋਲ ਜਾਂਦੇ ਹਾਂ, ਸਾਰੇ ਮਹਿਕਮਿਆਂ ਕੋਲ ਜਾ ਅਸੀਂ ਅੱਕ ਕੇ, ਪਰ ਜਦੋਂ ਸੁਣਵਾਈ ਨਹੀਂ ਹੋ ਰਹੀ, ਕਿਉਂਕਿ ਸਿਰਫ ਅਸੀਂ ਵਿਰੋਧੀ ਧਿਰ 'ਚ ਬੈਠੇ ਹਾਂ, ਅਸੀਂ ਵਿਰੋਧੀ ਧਿਰ ਦੇ MLA ਹਾਂ। ਇੰਨਾ ਧੱਕਾ ਸਾਡੇ ਨਾਲ ਹੋ ਰਿਹਾ, ਅਸੀਂ ਬਰਦਾਸ਼ਤ ਨਹੀਂ ਕਰਨਾ ਜਿੰਨਾ ਚਿਰ ਸਾਡੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਜਿੰਨਾ ਚਿਰ ਸਾਡਾ ਸੀਵਰੇਜ ਚੰਗੀ ਤਰ੍ਹਾਂ ਜੋੜਿਆ ਨਹੀਂ ਜਾਂਦਾ ਅਤੇ ਡਾਇੰਗਾਂ ਦਾ ਸੀਵਰੇਜ ਬੰਦ ਨਹੀਂ ਕੀਤਾ ਜਾਂਦਾ, ਅਸੀਂ ਇੱਥੋਂ ਨਹੀਂ ਉੱਠਣਾ। ਅਸੀਂ ਇੱਥੇ ਭੁੱਖ ਹੜਤਾਲ 'ਤੇ ਬੈਠਾਂਗੇ ਲੰਬੇ ਸਮੇਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।